ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ ਹੀ ਪਿਆਰੇ YouTube ਚੈਨਲ RGS ஸ்டਡੀ ਐਗਜ਼ਾਮ ਦੇ ਵਿੱਚ ਸੋ ਗਾਇਸ ਇਸ ਕਲਾਸ ਦੇ ਵਿੱਚ ਅੱਜ ਆਪਾਂ ਪੰਜਾਬ ਦੀ ਜੀਓਗ੍ਰਾਫੀ ਪੜ੍ਹਾਂਗੇ ਸੋ ਯਾਨੀ ਕਿ ਪੰਜਾਬ ਦੀ ਪੰਗੋਲ ਤੇ ਇਹ ਬਹੁਤ ਵੱਡਾ ਮੋਸਟ ਇੰਪੋਰਟੈਂਟ ਚੈਪਟਰ ਹੈ ਤੇ ਇਸ ਦੇ ਵਿੱਚ ਆਪਾਂ ਸੋ ਪੰਜਾਬ ਦੇ ਮੈਦਾਨੀ ਖੇਤਰ ਬਾਰੇ ਪੜ੍ਹਾਂਗੇ ਸੋ ਦਵਾਬਿਆਂ ਬਾਰੇ ਤੇ ਇਸ ਦੇ ਜੋ ਹੋਰ ਇੱਕ ਇੱਕੜੇ ਸੀਮਾ ਇਸ ਦੇ ਨਾਲ ਲੱਗਦੇ ਨੇ ਪੰਜਾਬ ਦੇ ਨਾਲ ਤੇ ਕਿਉਂਕਿ ਆਲਮੋਸਟ ਸਾਰੇ ਐਗਜ਼ਾਮਾਂ ਦੇ ਵਿੱਚ ਪੁੱਛਿਆ ਨਾਲਾ ਚੈਪਟਰ ਹੈ ਤੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਓ ਠੀਕ ਹੈ ਤੇ ਕਿ ਇਹ ਦੋ ਕੁਐਸਚਨ एग्जाम ਦੇ ਵਿੱਚ ਜ਼ਰੂਰ ਪੁੱਛੇ ਜਾਂਦੇ ਨੇ ਤੇ ਆਪਾਂ ਸਾਰੇ ਪੰਜਾਬ ਲੀਟਰ ਕੁਐਸਚਨ ਲਏ ਨੇ ਠੀਕ ਹੈ ਤੇ ਇਸ ਦੀ ਪੀਡੀਫ ਤੁਹਾਨੂੰ ਟੈਲੀਗ੍ਰਾਮ ਦੇ ਉੱਪਰ ਪ੍ਰੋਵਾਈਡ ਕਰ ਦਾਂਗੇ ਤਾਂ ਵੀਡੀਓ ਨੂੰ ਧਿਆਨ ਨਾਲ ਵੇਖਦੇ ਜਾਇਓ ਤੇ ਕਲਾਸ ਆਪਾਂ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਪੰਜਾਬ ਨੂੰ ਪੰਜ ਦਵਾਬਿਆਂ ਵਿੱਚ ਕਿਸ ਨੇ ਵੰਡਿਆ ਸੀ ਤੇ ਆਪਣੇ ਕੋਲ ਚਾਰ ਆਪਸ਼ਨ ਨੇ ਗਾਈਜ਼ ਤਿੰਨ ਵਿੱਚ ਦੱਸਣਾ ਆਪਣੇ ਕਿ ਪੰਜਾਬ ਨੂੰ ਪੰਜ ਦਵਾਬਿਆਂ ਦੇ ਵਿੱਚ ਕਿਸ ਨੇ ਵੰਡਿਆ ਸੀ ਰਾਈਟ ਆਨਸਰ ਇਜ਼ ਦਾ ਆਪਸ਼ਨ ਨੰਬਰ ਏ ਸੋ ਅਕਬਰ ਨੇ ਠੀਕ ਹੈ ਸੋ ਪ੍ਰਾਣਿਕ ਸਾਮ ਵਿੱਚ ਮੰਨਿਆ ਜਾਂਦਾ ਹੈ ਕਿ ਜੋ ਦਵਾਬੇ ਸ ਆਪਣੇ ਪੰਜ ਜਿਹੜੇ ਪੰਜ ਦਵਾਬੇ ਕਿਹੜੇ-ਕਿਹੜੇ ਸੀ ਸਿੰਧ ਸਾਗਰ ਦਵਾਬ ਹੋ ਗਿਆ ਚੱਜ ਦਵਾਬ ਹੋ ਗਿਆ ਰਚਨਾ ਦਵਾਬ ਹੋ ਗਿਆ ਬਾਰੀ ਦਵਾਬ ਹੋ ਗਿਆ ਤੇ ਵਿਸਤ ਦਵਾਬ ਹੋ ਗਿਆ ਸੋ ਆਪਾਂ ਅੱਗੇ ਡਿਟੇਲ ਬਾਰੇ ਪੜ੍ਹਾਂਗੇ ਇਹਨਾਂ ਬਾਰੇ ਠੀਕ ਹੈ ਬਿਲਕੁਲ ਆਸਾਨ ਤਰੀਕੇ ਨਾਲ ਸਮਝਾਂਗੇ ਇਹਨਾਂ ਨੂੰ ਤੇ ਤੁਹਾਨੂੰ ਜਿਹੜੇ ਮੈਜੋਰਿਟੀ ਦੱਸੇ ਨੇ ਉਹ ਪੰਜ ਤੁਹਾਨੂੰ ਇਹ ਵੀਡੀਓ ਦੇ ਵਿੱਚ ਯਾਦ ਹੋ ਜਾਣਗੇ ਠੀਕ ਹੈ ਸੋ ਕਿੰਨੇ ਕਿਨਾਰੇ دریاਵਾਂ ਦੇ ਵਿੱਚ ਹੈ ਤਾਂ ਇਹ ਤੁਸੀਂ ਯਾਦ ਰੱਖਿਓ ਜਰੂਰ ਕਿ ਇਹ ਪੰਜ ਦਵਾਬਿਆਂ ਦੇ ਵਿੱਚੋਂ ਕਿੰਨੇ ਵੰਡੇ ਸੀ ਸੋ ਇਹ ਅਕਬਰ ਨੇ ਵੰਡੇ ਸੀ ਠੀਕ ਹੈ ਤੇ ਇੰਪੋਰਟੈਂਟ ਕੁਐਸਚਨ ਯਾਦ ਰੱਖ ਲਿਓ ਤੇ ਵੀਖ ਲੈਨੇ ਆਪਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਪੰਗੋਲਿਕ ਦ੍ਰਿਸ਼ਟੀ ਵਜੋਂ ਪੰਜਾਬ ਦੇ ਤਰਤਲ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਰਾਈਟ ਆਨਸਰ ਆਪਸ਼ਨ ਨੰਬਰ ਸੀ 3rd ਜਨਨ ਕਿ ਤਿੰਨ ਦੇ ਵਿੱਚ ਵੰਡਿਆ ਜਾ ਸਕਦਾ ਹੈ ਠੀਕ ਹੈ ਸੋ ਪੰਗੋਲਿਕ ਦ੍ਰਿਸ਼ਟੀ ਵਜੋਂ ਪੰਜਾਬ ਦੇ ਜੋ ਤਰਤਲ ਨੇ ਉਸ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਜਨਨ ਕਿ ਜੋ ਪੰਜਾਬ ਦੇ ਤਿੰਨ ਖੇਤਰ ਨੇ ਮਾਝਾ ਹੋ ਗਿਆ ਮਾਝਾ ਹੋ ਗਿਆ ਮਾਲਵਾ ਹੋ ਗਿਆ ਤੇ ਆਪਣਾ ਦੁਆਬਾ ਹੋ ਗਿਆ ਠੀਕ ਹੈ ਸੋ ਇਹ ਤਿੰਨ ਖੇਤਰਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਤਾਂ ਤੁਸੀਂ ਯਾਦ ਰੱਖਿਓ ਸੁਪੰਗੋਲ ਦੇ ਦ੍ਰਿਸ਼ਟੀਪਿਛੋਂ ਪੰਜਾਬ ਦੇ ਤਰਤਲ ਨੂੰ ਸੋ ਤਿੰਨ ਭਾਗਾਂ ਦੇ ਵਿੱਚ ਨਹੀਂ ਤਿੰਨ ਖੇਤਰਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਦੇਖਦੇ ਆਪਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਵੇਖੋ ਖੈਂਬਰ ਦਰਾ ਕਿਹੜੇ ਦੋ ਦੇਸ਼ਾਂ ਵਿਚਕਾਰ ਸਥਿਤ ਹੈ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ A ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚ ਜੋ ਖੈਂਬਰ ਦਰਾ ਹੈ ਸੋ ਇਹ ਪਾਕਿਸਤਾਨ ਤੇ ਅਫਗਾਨਿਸਤਾਨ ਦੋ ਦੇਸ਼ਾਂ ਦੇ ਵਿੱਚ ਘਟਦਾ ਹੈ ਤੇ ਗਾਈ ਜੋ ਕੈਂਪਰ ਦਰ ਹੈ ਇਹ ਅਫਗਾਨਿਸਤਾਨ ਨਾਲ ਲੱਗਦੀ ਜੋ ਪਾਕਿਸਤਾਨ ਦੀ ਸਰਦ ਹੈ ਉੱਥੇ ਹੈ ਤੇ ਜੋ ਪਾਕਿਸਤਾਨ ਹੈ ਉਹ ਉਹ ਇੰਟਰਨੈਸ਼ਨਲ ਸਕਿਉਰਟੀ アドਵਾਈਜ਼ਰ ਜਾਨੀ ਕਿ ਅੰਤਰਰਾਸ਼ਟਰੀ ਸੁਰੱਖਿਆ ਸਹਿਯੋਗ ਦਾ ਮੈਂਬਰ ਨਹੀਂ ਹੈ ਤੇ ਜੋ ਆਪਰੇਸ਼ਨ ਹੈ ਐਡਿਰਿੰਗ ਫਰੀडम ਠੀਕ ਹੈ ਉਸ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਜੋ ਅਮਰੀਕੀ ਜੁੱਧ ਦਾ ਸਮਰਥਨ ਕਰਨ ਵਾਲਾ ਇਹ ਗਠਬੰਧਨ ਹੈ ਤੇ ਜੋ ਆਪਣੇ ਕੋਲ ਕੈਂਪਰ ਦਰ ਹੈ ਤੋਂ ਇਸ ਜਿਹੜਾ ਹੀ ਸੈਂਕੜੇ ਸਾਲ ਪਹਿਲਾਂ ਦੱਖਣ ਅਤੇ ਮਦੇਸ਼ਿਆ ਵਿੱਚ ਵਪਾਰ ਦਾ ਇਹ ਆਪਣਾ ਅੰਗ ਰਿਹਾ ਠੀਕ ਹੈ ਸਨਪਤੀ ਹੋਣਾ ਸੋ ਖੈਬਰਦਰਾ ਠੀਕ ਹੈ ਸੋ ਵਪਾਰ ਦਾ ਇੱਕ ਦਾ ਰਸਤਾ ਰਿਹਾ ਹੈ ਠੀਕ ਹੈ ਜੀ ਸੋ ਬਹੁਤ ਸਾਲ ਪਹਿਲਾਂ ਇਸੇ ਦਰੇ ਰਾਹੀਂ ਸੋ ਵਪਾਰ ਚੱਲਦਾ ਹੁੰਦਾ ਸੀ ਦੇਸ਼ਾਂ ਦੇ ਵਿੱਚ ਠੀਕ ਹੈ ਜੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਜਲਦੀ ਵੀਡੀਓ ਦੇ ਵਿੱਚ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਜੀ ਠੀਕ ਹੈ ਤੇ ਆਪਣਾ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਜਰੂਰ ਕਰਦੇ ਜਾਇਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗ ਰਹੀ ਹੈ ਤੇ ਵੇਖਦੇ ਹਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ हिमालय पर्वत पंजाब दी किडी दिशा ਵਿੱਚ ਸਥਿਤ ਹੈ ਤੇ ਗਾਈਜੋ ਹਿਮਾਲੇ ਪਰ ਬਤਾਏ ਸੋ ਇਹ ਹੁੰਦਾ ਹੈ ਉੱਤਰ ਦੇ ਵੱਲ ਹੈ ਸੋ ਜਾਨੀ ਕਿ ਥੋੜਾ ਜਿਹਾ ਇਹ ਪੱਛਮ ਵੱਲ ਝੁਕੇ ਹੋਇਆ ਹੈ ਠੀਕ ਹੈ ਤਾਂ ਕਰਕੇ ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ ਸੋ ਉੱਤਰ ਪੱਛਮ ਦੇ ਵਿੱਚ ਤਾਂ ਰਾਈਟ ਆਨਸਰ ਆਪਸ਼ਨ ਨੰਬਰ ਇਹ ਹੋ ਜਾਏਗਾ ਸੋ ਉੱਤਰ ਪੱਛਮ ਦੇ ਵਿੱਚ ਇਸੇ ਕਰਕੇ ਇਸ ਨੂੰ ਪੱਛਮੀ ਹਿਮਾਲਿਆ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਤਾਂ ਜੋ ਹਿਮਾਲਿਆ ਪਰਬਤ ਹੈ ਇਹ ਉੱਤਰੀ ਭਾਰਤ ਦੇ ਉਪਮਹਾਦੀਪ ਦੇ ਜੋ ਵਿਵਾਦ ਬੜਾ ਸ਼ਹਿਰ ਹੈ ਸੋ ਨਹੀਂ ਕਸ਼ਮੀਰ ਉੱਥੇ ਸਥਿਤ ਹੈ ਕਸ਼ਮੀਰ ਖੇਤਰ ਦੇ ਵਿੱਚ ਤੇ ਜਿਸ ਵਿੱਚ ਭਾਰਤ ਤੇ ਪਾਕਿਸਤਾਨ ਦੁਆਰਾ ਦਿੱਤੇ ਗਏ ਸੇਸ਼ਾਮਲ ਨੇ ਠੀਕ ਹੈ ਤੇ ਇਸ ਕਰਕੇ ਇਸ ਨੂੰ ਜੋ ਪੰਜਾਬ ਹਿਮਾਲਿਆ ਵੀ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਸ ਇਹ ਹਿਮਾਲਿਆ ਜੋ ਇਸ ਦੇ ਅੰਦਰ ਕਿਹੜ ਕਿਹੜ ਰੇਂਜ ਆ ਜਾਂਦੀਆਂ ਨੇ ਸੋ ਇਸ ਦੇ ਅੰਦਰ ਜਾਸ ਕਰ ਲਈ ਜਾ ਜਾਂਦੀ ਹੈ ਠੀਕ ਹੈ ਸੋ ਪੀਰ ਪੰਜਾਲ ਆ ਜਾਂਦੀ ਹੈ ਤੇ ਨਾਲ ਹੀ ਸ਼ਿਵਾਲਿਕ ਰੇਂਜ ਜੋ ਉਹ ਆ ਜਾਂਦੀ ਹੈ ਜੀ ਠੀਕ ਹੈ ਸ਼ਿਵਾਲਿਕ ਦੀ ਪਹਾੜੀਆਂ ਤੇ ਉਹ ਜੋ ਹੋਰ ਕੋਈ ਹਿੱਸੇ ਨੇ ਮਹਾਨ ਹਿਮਾਲਿਆ ਜਾਂਦੀ ਹੈ ਤੌਲਾਤਾਰ ਜੋ ਸੁਣੀ ਸੁਣੀ ਹੋਣਾ ਤੌਲਾਤਾਰ ਠੀਕ ਹੈ ਸੋ ਤੌਲਾਤਾਰ ਰੇਂਜਸ ਦੇ ਵਿੱਚ ਆ ਜਾਂਦੀ ਹੈ ਤੇ ਖਾਸ ਗੱਲ ਇਹਦੇ ਵਿੱਚ ਕੀ ਹੈ ਕਿ ਜੋ ਸਭ ਤੋਂ ਉੱਚਾ ਸਥਾਨ ਹੈ ਇਸ ਦਾ ਨੰਗਾ ਪਰਬਤ ਠੀਕ ਹੈ ਸੋ ਜੋ ਨੰਗਾ ਪਰਬਤ ਹੈ ਉਹ ਇਸ ਦੇ ਖੇਤਰ ਦੇ ਉੱਤਰ ਪੱਛਮੀ ਸਥਿਤ ਹੈ ਠੀਕ ਹੈ ਤਾਂ ਯਾਦ ਰੱਖਿਓ ਇਹ ਸੋ ਨੰਗਾ ਪਰਬਤ ਸੋ ਉੱਤਰ ਪੱਛਮੀ ਹਿੱਸੇਤੀ ਹੈ ਇਸ ਦੇ ਖੇਤਰ ਦੇ ਵਿੱਚ ਤਾਂ ਜੋ ਹਿਮਾਲਾ ਪਰਬਤ ਹੈ ਜੀ ਉਹ ਕਿਸ ਦੇ ਵਿੱਚ ਆਉਂਦਾ ਹੈ ਸੋ ਉੱਤਰ ਪੱਛਮ ਦੇ ਵਿੱਚ ਸੋ ਬਹੁਤ ਜ਼ਿਆਦਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਤੁਸੀਂ ਯਾਦ ਰੱਖਣਾ ਇਸ ਨੂੰ ਤੇ ਵਧਦੇ ਆਪਾਂ ਨੈਕਸਟ ਕੁਐਸਚਨ ਦੇ ਵੱਲ ਨੈਕਸਟ ਕੁਐਸਚਨ ਵੇਖੋ ਬ੍ਰਿਟਿਸ਼ ਰਾਜ ਦੇ ਸਮੇਂ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਦੱਸੋ ਇਹਨਾਂ ਆਪਸ਼ਨਾਂ ਦੇ ਵਿੱਚੋਂ ਰਾਈਟ ਆਨਸਰ ਆਪਸ਼ਨ ਨੰਬਰ ਸੀ ਪੰਜਾਬ ਪ੍ਰਾਂਤ ਦੇ ਨਾਲ ਸੋ ਬ੍ਰਿਟਿਸ਼ ਰਾਜ ਠੀਕ ਹੈ ਸੋ ਬ੍ਰਿਟਿਸ਼ ਰੂਲ ਦੇ ਸਮੇਂ ਤਾਂ ਜੋ ਪੰਜਾਬ ਸੀ ਉਹ ਬ੍ਰਿਟਿਸ਼ ਭਾਰ ਦਾ ਪ੍ਰਾਂਤ ਸੀ ਤੇ 2 April ਇਹ ਡੇਟ ਯਾਦ ਰੱਖਿਓ ਸੋ 2 April 1849 ਇਸ ਉੱਤੇ ਇਸਟ ਇੰਡੀਆ ਕੰਪਨੀ ਦਾ ਕਬਜ਼ਾ ਕਰ ਲਿਆ ਸੀ ਸੋ ਪੰਜਾਬ ਪ੍ਰਾਂਤ ਦੇ ਉੱਤੇ ਸੋ 2 April 1849 ਦੇ ਵਿੱਚ ਤੇ ਜੋ ਇਸ ਦੇ ਵਿੱਚ ਉਦੋਂ ਪੰਜ ਪ੍ਰਸ਼ਾਸਨਿਕ ਭਾਗ ਸ਼ਾਮਲ ਸੀ ਠੀਕ ਹੈ ਸੋ ਪੰਜ ਕਿਹੜੇ-ਕਿਹੜੇ ਸੀ ਦਿੱਲੀ ਹੋ ਗਿਆ ਜਲੰਧਰ ਹੋ ਗਿਆ ਲਾਹੌਰ ਹੋ ਗਿਆ ਮੁਲਤਾਨ ਤੇ ਰਾਵਲਪਿੰਡੀ ਸੋ ਇਹ ਪੰਜ ਪ੍ਰਸ਼ਾਸਨਿਕ ਜੋ ਭਾਗ ਸੀ ਸ਼ਾਮਲ ਸੀ ਇਸ ਦੇ ਵਿੱਚ ਤੇ ਭਾਰ ਦੀ ਵੰਡ ਤੋਂ ਬਾਅਦ ਯਾਨਕੀ ਵੰਡ ਤੋਂ ਬਾਅਦ ਇਸ ਨੂੰ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਦੇ ਵਿੱਚ ਵੰਡ ਦਿੱਤਾ ਗਿਆ ਸੀ ਉਹ ਤੁਹਾਨੂੰ ਪਤਾ ਹੋਣਾ ਠੀਕ ਹੈ ਤੋਂ ਭਾਗਾਂ ਦੇ ਵਿੱਚ ਵੰਡੇ ਗਏ ਸੀ ਉਸ ਤੋਂ ਬਾਅਦ ਜਦੋਂ ਭਾਰ ਦੀ ਵੰਡ ਹੋ ਗਈ ਸੀ ਠੀਕ ਹੈ ਜੀ ਤਾਂ ਯਾਦ ਰੱਖਿਓ ਵੇਖਦੇ ਆਪਾਂ ਨੈਕਸਟ ਕੁਐਸਚਨ ਯਾਦ ਰੱਖਿਓ ਬਹੁਤ ਮਹੱਤਵਪੂਰਨ ਮੋਸਟ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਪ੍ਰਾਤਨ ਪੰਜਾਬ ਦਾ ਪੰਗੋਲਿਕ ਭਾਗ ਖੇਤਰਫਲ ਵਿੱਚ ਸਭ ਤੋਂ ਵੱਡਾ ਕਿਹੜਾ ਹੈ ਤਾਂ ਗਾਇਸ ਗੱਲ ਹੋ ਰਹੀ ਹੈ ਪ੍ਰਾਤਨ ਪੰਜਾਬ ਦੀ ਜੋ ਪੰਗੋਲਿਕ ਭਾਗ ਸੀ ਖੇਤਰਫਲ ਦੇ ਪੱਖੋਂ ਸਭ ਤੋਂ ਵੱਡਾ ਭਾਗ ਹੈ ਜੀ ਮੈਦਾਨੀ ਭਾਗ ਆਪਸ਼ਨ ਨੰਬਰ ਡੀ ਸੋ ਮੈਦਾਨੀ ਭਾਗ ਸਭ ਤੋਂ ਵੱਡਾ ਸੀ ਜਿਸ ਨੂੰ ਕਿਪਾ ਵਿਸ਼ਾਲ ਮੈਦਾਨਾਂ ਦੇ ਨਾਮ ਨਾਲ ਵੀ ਜਾਣਦੇ ਆ ਸੋ ਮੈਦਾਨੀ ਭਾਗ ਨੇ ਜਿਹੜੇ ਜਿਸਦਾ ਖੇਤਰਫਲ ਸੀ ਲਗਭਗ 7 ਲੱਖ ਦੇ ਕਰੀਬ ਠੀਕ ਹੈ ਸੋ 7 ਲੱਖ ਵਰਗ ਕਿਲੋਮੀਟਰ ਦੇ ਤ੍ਰਿਵਿਸ਼ ਦਾ ਖੇਤਰਫਲ ਸੀ ਤੇ ਪੂਰਬ ਤੋਂ ਪੱਛਮ ਦਿਸ਼ਾ ਵਿੱਚ ਇਸ ਦੀ ਲੰਬਾਈ ਹੈ ਜੋ ਸੋ ਪੂਰਬ ਤੋਂ ਪੱਛਮ ਦੇ ਵੱਲ ਸੋ 2400 ਵਰਗ ਕਿਲੋਮੀਟਰ ਠੀਕ ਹੈ 2400 ਕਿਲੋਮੀਟਰ ਦੇ ਲਗਭਗ ਇਸ ਦੀ ਲੰਬਾਈ ਹੈ ਪੂਰਬ ਤੋਂ ਪੱਛਮ ਦੇ ਵੱਲ ਤੇ ਆਮ ਤੌਰ ਤੇ ਇਸ ਮੈਦਾਨ ਦੀ ਜੋ ਢਾਲ ਹੈ ਉਹ ਸਮਤਲ ਹੈ ਠੀਕ ਹੈ ਜੀ ਸਮਤਲ ਇਸ ਦੀ ਢਾਲ ਹੈ ਤੇ ਇਸ ਦਾ ਜੋ ਰਾਜਨੀਤਿਕ ਵਿਸਾਰ ਹੈ ਉਹ ਕਿ ਤੱਕ ਹੈ ਸੋ ਇਸ ਦਾ ਵਿਸਤਾਰ ਦਿੱਲੀ ਦੇ ਵਿੱਚ ਰਾਜਸਥਾਨ ਦੇ ਵਿੱਚ ਆ ਗਿਆ ਹਰਿਆਣਾ ਪੰਜਾਬ ਸੋ ਉੱਤਰਾ ਉੱਤਰ ਦਾ ਜੋ ਵਿਹਾਰ ਹੈ ਉਸ ਦੇ ਵਿੱਚ ਆ ਗਿਆ यूपी उत्तर प्रदेश आ गया असम बंगाल ठीक है सो ਇਹ ਜਿਹੜੇ ਰਾਜਾਂ ਦੇ ਵਿੱਚ ਸੋਇਦ ਦਾ ਜੋ ਮੈਦਾਨੀ ਭਾਗ ਨਹੀਂ ਆ ਜਾਂਦੇ ਨੇ ਤੇ ਜੋ गाइस जो ਮੈਦਾਨੀ ਭਾਗ ਨਹੀਂ ਸੋਇਦ ਦਾ ਨਰਮਾਣ ਕਿਵੇਂ ਹੋਇਆ ਸੀ ਇਹ ਨਰਮਾਣ ਹੋਇਆ ਸੀ गाइस ਜੋ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਸੀ ਠੀਕ ਹੈ ਉਹ ਜਮਾ ਹੋ ਗਈ ਸੀ ਤੇ ਉਸ ਤੋਂ ਬਾਅਦ ਇਹ ਮੈਦਾਨੀ ਭਾਗ ਬਣ ਗਏ ਸੀ ਠੀਕ ਹੈ ਤੇ ਇਹ ਬਾਦੂ ਪਚਾਉ ਮੰਨੇ ਜਾਂਦੇ ਨੇ ਠੀਕ ਹੈ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਨੂੰ ਪੱਕਿਆ ਨੇ ਮੈਦਾਨੀ ਭਾਗ ਤਾਂ ਇਹ ਜਰੂਰ ਯਾਦ ਰੱਖਿਓ ਤੁਸੀਂ ਇਹ ਠੀਕ ਹੈ ਜੀ ਤਾਂ ਇੰਪੋਰਟ ਕੁਐਸਚਨ ਹੈ ਜ਼ਿਆਦਾ ਇਹ ਤੇ ਵੇਖ ਲੈਨੇ ਆਪਾਂ ਇਸ ਤਰ੍ਹਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈ ਗਾਇਜ਼ ਆਪਣੇ ਕੋਲ ਰਿਗਵੇਦਿਕ ਕਾਲ ਵਿੱਚ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਰਿਗਵੇਦਿਕ ਕਾਲ ਦੇ ਵਿੱਚ ਪੰਜਾਬ ਨੂੰ ਜਾਣਿਆ ਜਾਂਦਾ ਸੀ ਗਾਇਜ਼ অপਸ਼ਨ ਨੰਬਰ ਡੀ ਸप्त ਸਿੱਧੂ ਦੇ ਨਾਮ ਨਾਲ ਸप्त ਸਿੱਧੂ ਤੁਹਾਨੂੰ ਪਤਾ ਹੀ ਹੋਣਾ ਸੋ ਉਸ ਸਮੇਂ ਜੋ ਦਰਿਆ ਸੀ ਆਪਣੇ ਉਹਨਾਂ ਦੇ ਵੰਡ ਨਹੀਂ ਹੋਈ ਸੀ ਠੀਕ ਹੈ ਤਾਂ ਕੀ ਮਤਲਬ ਕੀ ਜੀ ਸੱਤ ਦਰਿਆਵਾਂ ਦੀ ਧਰਤੀ ਠੀਕ ਹੈ ਉਸ ਤੋਂ ਬਾਅਦ ਹੋਰ ਵੰਡ ਚੱਲੀ ਗਈ ਦਰਿਆਵਾਂ ਦੀ ਵੰਡ ਹੋ ਗਈ ਸਮੇਂ ਪੰਚਨੰਦ ਪੈ ਗਿਆ ਸੀ ਪੰਚਨੰਦ ਪੈ ਗਿਆ ਸੀ ਜਿਵੇਂ ਕਿ ਪੰਜ ਦਰਿਆਵਾਂ ਦੀ ਧਰਤੀ ਪਹਿਲਾ ਸੱਤ ਸਿੱਧੂ ਦੀ ਸਤ ਦਰਿਆਵਾਂ ਦੀ ਧਰਤੀ ਉਸ ਤੋਂ ਬਾਅਦ ਪੰਜ ਨੰਦ ਦੀ ਭਗਤੀ ਜਿਨਾਂ ਕਿ ਪੰਜ ਦਰਿਆਵਾਂ ਦੀ ਧਰਤੀ ਠੀਕ ਹੈ ਜਿਨਾਂ ਕਿ ਪੰਜਾਬ ਤੋਂ ਬਣ ਗਿਆ ਸੀ ਇਹ ਫਿਰ ਉਸ ਤੋਂ ਬਾਅਦ ਪੰਜਾਬ ਪਲੱਸ ਪੰਜ ਆਬ ਪੰਜ ਪਾਣੀ ਦੀ ਧਰਤੀ ਤੇ ਗਾਇਸ ਉਸ ਤੋਂ ਬਾਅਦ ਇਹਨਾਂ ਦੀ ਵੰਡ ਹੋ ਗਈ ਠੀਕ ਹੈ ਟਾਈ ਟਾਈ ਰਹਿ ਗਈ ਸੀ ਉਸ ਤੋਂ ਬਾਅਦ ਠੀਕ ਹੈ ਇਸ ਤਰ੍ਹਾਂ ਦਰਿਆਵਾਂ ਦੀ ਵੰਡ ਹੁੰਦੀ ਚਲੀ ਗਈ ਤਾਂ ਇਸ ਤਰ੍ਹਾਂ ਆਪਾਂ ਕੋਸ਼ਿਸ਼ ਪੁੱਛਿਆ ਜੀ ਕਿ ਰਿਕਵੇਦੀ ਕਾਲ ਦੇ ਵਿੱਚ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਸੋ ਇਹ ਸੱਤ ਸਿੱਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਯਾਦ ਰੱਖਿਓ ਇਹ ਮੋਸਟ ਇੰਪੋਰਟੈਂਟ ਕੁਸ਼ਚਨ ਹੈ ਸੋ ਇਹਨਾਂ ਦੇ ਵਿੱਚ ਜ਼ਰੂਰ ਕੁ ਦੇ ਕੋਈ ਇੱਕ ਪੈਂਟਾਪੋਟਾਮੀਏ ਸੋ ਇਹ ਜੁਨਾਨੀ ਦੇ ਸਮੇਂ ਜਾਣਿਆ ਜਾਂਦਾ ਸੀ ਠੀਕ ਹੈ ਸੁਜਨਾਨੀ ਸੀ ਜੋ ਇਹਨੂੰ ਪੈਂਟਾਪੋਟਾਮੀ ਦੇ ਨਾਮ ਨਾਲ ਜਾਣਦੇ ਸੀ ਜੋ ਆਪਣਾ ਪੰਜਾਬ ਸੀ ਤਾਂ ਇਹ ਵੀ ਯਾਦ ਰੱਖੇ ਤੁਸੀਂ ਇਸ ਨੂੰ ਠੀਕ ਹੈ ਤੇ ਦੇਖਦੇ ਆਪਾਂ ਨੈਕਸਟ ਕੁਸ਼ਚਨ ਨੈਕਸਟ ਕੁਸ਼ਚਨ ਗਾਈਜ਼ ਆਪਣੇ ਕੋਲ ਅਫਗਾਨਿਸਤਾਨ ਤੇ ਮਿਡੇਸ਼ੀਆ ਦੇ ਦੇਸ਼ਾਂ ਨਾਲ ਪੰਜਾਬ ਦਾ ਵਪਾਰ ਸੀ ਜੋ ਕਿਹੜੇ ਪਹਾੜੀ ਰਸਤੇ ਰਾਹੀਂ ਸਭ ਤੋਂ ਜ਼ਿਆਦਾ ਹੁੰਦਾ ਸੀ ਤਾਂ ਗਾਈਜ਼ ਤੁਹਾਨੂੰ ਮੈਂ ਉੱਪਰ ਦੱਸਤਾ ਕੁਸ਼ਚਨ ਦੇ ਵਿੱਚ ਤਾਂ ਤੁਹਾਨੂੰ ਇਸ ਦਾ ਪਤਾ ਲੱਗ ਗਿਆ ਹੋਵੇਗਾ ਆਨਸਰ ਸੋ ਰਾਈਟ ਆਨਸਰ ਆਪਸ਼ਨ ਨੰਬਰ ਸੀ ਸੋ ਖੈਂਬਰਦਰਾ ਠੀਕ ਹੈ ਸਭ ਤੋਂ ਬਾਅਦ ਬਾਰ ਹੋਇਆ ਜੋ ਆਪਣੇ ਪੰਜਾਬ ਦਾ ਅਫਗਾਨਿਸਤਾਨ ਤੇ ਮੱਧੇ ਦੀ ਛੇ ਦੇ ਨਾਲ ਸੋ ਖੈਂਬਰਦਰਾ ਹੀ ਰਾਇਆ ਹੋਇਆ ਤੇ ਜੋ ਖੈਂਬਰਦਰਾ ਇੱਕ ਪਹਾੜੀ ਰਾਹ ਸੀ ਠੀਕ ਹੈ ਜੋ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਨਾਲ ਜੋੜਦਾ ਹੈ ਜੋ ਖੈਂਬਰਦਰਾ ਤੇ ਉਹ ਦਾ ਪ੍ਰਦਸਤਮ ਹੈ ਤੇ ਜੋ ਇੱਕ ਪ੍ਰਚੀਨ ਸਿਲਕ ਰੋਡ ਦਾ ਇੱਕ ਅਨਿਖੜਮਾ ਗਹਿ ਖੈਂਬਰਦਰਾ ਤੇ ਦੁਨੀਆ ਦੇ ਸਭ ਤੋਂ ਪੁਰਾਣੇ ਜਾਣੇ ਜਾਂਦੇ ਰਾਹ ਵਿੱਚੋਂ ਇੱਕ ਹੈ ਜਿੱਤੇ ਜਿਹੜਾ ਕਿ ਵਪਾਰਕ ਮਾਰਗ ਤੌਰ ਤੇ ਇਹ ਸੋ ਰਣਨੀਤਿਕ ਫੌਜੀ ਸਥਾਨ ਵੀ ਰਿਹਾ ਹੈ ਜੋ ਖੈਂਬਰਦਰਾ ਠੀਕ ਹੈ ਤਾਂ ਯਾਦ ਰੱਖਿਓ ਇਹ ਸੋ ਵਪਾਰਕ ਮਾਰਗ ਤੌਰ ਤੇ ਇੱਕ रणनीतिक फौजी स्थान ਵੀ ਰਿਹਾ ਜਾਨੀ ਕਿ ਆਵਾਜਾਈ ਦੇ ਤੌਰ ਤੇ ਸੋ ਮਾਲ ਆ ਜੋ ਉਰਾਂ ਪਰ ਲਿਜਾਣ ਵਾਸਤੇ ਠੀਕ ਹੈ ਸੋ ਇਹ ਮਸ਼ਹੂਰ ਸੀ ਰਸਤਾ ਠੀਕ ਹੈ ਯਾਦ ਰੱਖਿਓ ਇਸ ਨੂੰ ਨੈਕਸਟ ਕੁਐਸਚਨ ਵੇਖਦੇ ਆ ਨੈਕਸਟ ਕੁਐਸਚਨ ਵੇਖੋ ਗਾਈਜ਼ ਬਾਰੀ ਦਬਾਬ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਕੀ ਕਿਹਾ ਜਾਂਦਾ ਹੈ ਜੋ ਬਾਰੀ ਦਬਾਬ ਹੈ ਉਸ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਵਸਨੀਕ ਰਹਿੰਦੇ ਨੇ ਸੋ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਆਪਾਂ ਕਹਿੰਦੇ ਆ ਗਾਈਜ਼ ਮਜਲ অপਸ਼ਨ ਨੰਬਰ B ਯਾਨੀ ਕਿ ਮਾਜੀ ਲੋਕ ਸੁਬਾਰੀ ਖੇਤਰ ਦੇ ਲੋਕਾਂ ਨੂੰ ਆਪਾਂ ਮਾਜੀ ਦਾ ਸਨਮਾਨ ਦੇਣਾ ਹੈ ਆਪਾਂ ਠੀਕ ਹੈ ਜਾਨਕੀ ਮਾਜੀ ਦੇ ਨਾਲ ਜਾਂ ਜਾਣਦੇ ਆ ਤੇ ਪੰਜਾਬੀ ਭਾਸ਼ਾ ਦੀ ਜੋ ਮਾਜੀ ਉਪਭਾਸ਼ਾ ਹੈ ਸੋ ਇਹ ਖੇਤਰ ਦੀ ਮੁੱਖ ਭਾਸ਼ਾ ਹੈ ਜੋ ਕਿ ਪੰਜਾਬੀ ਭਾਸ਼ਾ ਦੀ ਇੱਕ ਮਿਆਰੀ ਉਪਭਾਸ਼ਾ ਵੀ ਹੈ ਠੀਕ ਹੈ ਜੋ ਕਿ ਮਾਜੀ ਹੈ ਤੁਸ ਯਾਦ ਰੱਖੇ ਹੋਏ ਸੋ ਇਹ ਪੰਜਾਬੀ ਭਾਸ਼ਾ ਜੋ ਆਪਣੀ ਉਸ ਦੀ ਮਿਆਰੀ ਉਪਭਾਸ਼ਾ ਵੀ ਮੰਨੀ ਜਾਂਦੀ ਹੈ ਠੀਕ ਹੈ ਮਿਆਰੀ ਤੇ ਗਾਇਸ ਜੋ ਬਾਰੀ ਦਬਾਬ ਹੈ ਸੋ ਇਹ ਦੋ ਦਰਿਆਵਾਂ ਦੇ ਵਿਚਕਾਰ ਸਥਿਤ ਹੈ ਵਿਆਸ ਤੇ ਰਾਵੀ ਦੇ ਵਿਚਕਾਰ ਤਾਂ ਤੁਸੀਂ ਇਹ ਕਿਵੇਂ ਯਾਦ ਰੱਖਣਾ ਹੈ ਤਾਂ ਬਿਲਕੁਲ ਆਸਾਨ ਟੀਕਾ ਦੇਖੋ ਇਸ ਦੇ ਵਿੱਚ ਹੀ ਦਿੱਤਾ ਹੋਇਆ ਸੋ ਜਿਵੇਂ ਬੱਬਾ ਸੋ ਬੱਬੇ ਤੇ ਵਿਆਸ ਤੇ ਰਾਰ ਤੇ ਰਾਵੀ ਠੀਕ ਹੈ ਸੋ ਇਹ ਵਿਆਸ ਤੇ ਰਾਵੀ ਦਰਿਆਵਾਂ ਜੋ ਵਿਚਕਾਰਲਾ ਖੇਤਰ ਹੈ ਸੋ ਉੱਥੇ ਹੈ ਵਾਰੀ ਦਬਾਬ ਠੀਕ ਹੈ ਜੀ ਤਾਂ ਇਸ ਦੇ ਵਿੱਚ ਨਿਕਲ ਗਿਆ ਤਾਂ ਤੁਹਾਨੂੰ ਯਾਦ ਕਰਨਾ ਬਿਲਕੁਲ ਆਸਾਨ ਹੋ ਜਾਏਗਾ ਠੀਕ ਹੈ ਯਾਦ ਰੱਖਿਓ ਇਸ ਨੂੰ ਸੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਵੇਖਨੇ ਆ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈ ਪੰਜਾਬ ਦੇ ਪੰਜ ਦੁਆਬਿਆਂ ਦੇ ਨਾਮ ਨੇ ਜੋ ਉਹ ਕਿਸ ਧਾਰਨਾ ਤੇ ਆਧਾਰਿਤ ਨੇ ਠੀਕ ਹੈ ਗਾਇਸ ਇਹ ਪ੍ਰੀਵੀਅਸ ਇਗਜ਼ਾਮਾਂ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ ਰਾਈਟ ਆਨਸਰ ਆਪਸ਼ਨ ਨੰਬਰ A ਸੋ ਦਰਿਆਵਾਂ ਦੇ ਨਾਂ ਤੇ ਕਿਉਂ ਕਿਉਂਕਿ ਗਾਇਸ ਦੁਆਬੇ ਜਿਹੜੇ ਆਪਣੇ ਦੱਸਿਆ ਸੀ ਮੈਂ ਸੋ ਜਿਵੇਂ ਸਿਲਸਾਗਰ ਦੁਆਬਾ ਆ ਗਿਆ ਚੱਜ ਦੁਆਬ ਰਚਨਾ ਵਾਰੀ ਤੇ ਵਿਸਤੁ ਦੁਆਬ ਕਿਉਂਕਿ ਇਹ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੇ ਜੋ ਦੁਆਬੇ ਨੇ ਆਪਣੇ ਠੀਕ ਹੈ ਜਿਵੇਂ ਕਿ ਤੁਹਾਨੂੰ ਵਾਰੀ ਦੁਆਬ ਦੱਸਿਆ ਸੋ ਇਹ ਜਿਵੇਂ ਕਿ ਬਿਆਸ ਤੇ ਰਾਵੀ ਦੀ ਵਿਚਕਾਰ ਸੀ ਸੋ ਦਰਿਆਵਾਂ ਹੀ ਨੇ ਠੀਕ ਹੈ ਤੇ ਇਸੇ ਕਰਕੇ ਜੋ ਦੁਆਬੇ ਨੇ ਸੋ ਦਰਿਆਵਾਂ ਦੇ ਵਿੱਚੋਂ ਹੀ ਨਿਕ ਤਾਂ ਆਪਾਂ ਕਹਿ ਸਕਦੇ ਹਾਂ ਜੋ ਧਾਰਨਾ ਤੇ ਆਧਾਰਿਤ ਨਹੀਂ ਸੋ ਇਹ ਦਰਿਆਵਾਂ ਦੇ ਨਾਲ ਆਤੀ ਆਧਾਰਿਤ ਨਹੀਂ ਠੀਕ ਹੈ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਯਾਦ ਰੱਖਿਓ ਇਸ ਨੂੰ ਵਿਗਦੇ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਸਤਲੁਜ ਤੇ ਗ਼ਗਰ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਸ ਨੂੰ ਕਹਿੰਦੇ ਗਾਈਜ਼ ਆਪਾਂ ਮਾਲਵਾ ਜਨਨ ਕੀ ਜਿਵੇਂ ਮਲਵਾਈ ਕਹਿੰਦੇ ਆ ਸੋ ਆਪਸ਼ਨ ਨੰਬਰ ਡੀ ਮਾਲਵਾ ਸੋ ਸਤਲੁਜ ਤੇ ਗ਼ਗਰ ਦਰਿਆਵਾਂ ਦੇ ਵਿਚਕਾਰਲੇ ਖੇਤਰ ਜੋ ਸੋ ਆਪਾਂ ਮਾਲਵਾ ਕਹਿੰਦੇ ਆ ਤੇ ਜੋ ਮਲਵਾਈ ਹੈ ਉਹ ਕਿੱਥੇ ਬੋਲੀ ਜਾਂਦੀ ਹੈ ਸੋ ਇਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਬੋਲੀ ਜਾਂਦੀ ਹੈ ਸੰਗਰੂਰ ਆ ਗਿਆ ਸੁਨਾਮ ਆ ਗਿਆ ਠੀਕ ਹੈ ਤੇ ਮਲੇਰ ਕੋਟਲਾ ਸੋ ਇਹ ਇਧਰ ਜੋ ਸੰਗੂੜੀ ਸਟੇ ਦੇ ਵਿੱਚ ਜੋ ਮਲਵਾਈ ਬੋਲੀ ਹੈ ਇਹ ਇਹ ਬੋਲੀ ਜਾਂਦੀ ਹੈ ਤਾਂ ਤੁਸੀਂ ਇਸ ਨੂੰ ਜਰੂਰ ਯਾਦ ਰੱਖ ਲਿਓ ਕਿ ਸਤਲੁਜ ਦੇ ਕੋਗਰ ਦਰਿਆ ਨਹੀਂ ਸੋ ਦੇ ਵਿੱਚ ਕਾਲਖੇਤ ਨੂੰ ਆਪਾਂ ਮਾਲਵਾ ਕਹਿੰਦੇ ਆ ਠੀਕ ਹੈ ਤਾਂ ਮੋਚ ਇੰਪੋਰਟੈਂਟ ਕੁਐਸਚਨ ਹੈ ਵੇਖਦੇ ਆਪਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਨਿਕਾਲ ਕਰਦੇ ਆਂ ਸਿੱਖਾਂ ਦਾ ਜੋ ਮੱਕਾ ਅਮਰਸਰ ਹੈ ਸੋ ਕਿਹੜੇ ਦਬਾਬ ਵਿੱਚ ਸਥਿਤ ਹੈ ਠੀਕ ਹੈ ਜੋ ਨਿੱਕੀ ਧਾਰਮਿਕ ਸਥਾਨ ਹੈ 골ਡਨ ਟੈਂਪਲ ਆਪਾਂ ਕਹਿੰਦੇ ਜਿਹਨੂੰ ਜੋ ਮਿੱਕੀ ਸਿੱਖਾਂ ਦਾ ਮੱਕਾ ਜਣੇ ਨਾਮ ਜਾਣਿਆ ਜਾਂਦਾ ਹੈ ਤਾਂ ਜੋ ਅੰਮ੍ਰਿਤਸਰ ਕਿਹੜੇ ਦਬਾਬ ਦੇ ਵਿੱਚ ਹੈ ਰਾਈਟ ਆਨਸਰ ਇਸ ਦਾ ਆਪਸ਼ਨ ਨੰਬਰ ਏ ਸੁਬਾਰੀ ਦਬਾਬ ਦੇ ਵਿੱਚ ਹੈ ਠੀਕ ਹੈ ਤੇ ਬਾਰੀ ਦਬਾਬ ਬਾਰੇ ਮੈਂ ਤੁਹਾਨੂੰ ਦੱਸਦਾ ਸੋ ਇਹ ਦੋ ਦਰਿਆਵਾਂ ਦੇ ਵਿਚਕਾਰ ਦਿੱਤਾ ਹੈ ਵਿਆਸ ਅਤੇ ਰਾਵੀ ਦੇ ਵਿਚਕਾਰ ਤੇ ਜੋ ਬਾਰੀ ਦਬਾਬ ਨਹਿਰ ਹੈ ਸੋ ਇੱਕ ਬਾਰਾਂਮਾਸੀ ਸਿੰਚਾਈ ਨਹਿਰ ਹੈ ਜੋ ਕਿ ਰਾਵੀ ਨਦੀ ਤੋਂ ਨਿਕਲਦੀ ਹੈ ਸੋ ਬਾਰੀ ਦਬਾਬ ਹੈ ਜੋ ਠੀਕ ਹੈ ਤੇ ਇਸ ਦੇ ਵਿੱਚ ਕਿਹੜੇ ਕਿਹੜੇ ਖੇਤਰ ਆ ਜਾਂਦੇ ਨੇ ਸੋ ਇਸ ਦੇ ਵਿੱਚ ਗੁਰਦਾਸਪੁਰ ਆ ਜਾਂਦਾ ਹੈ ਠੀਕ ਹੈ ਅਮਰਸਰ ਆ ਜਾਂਦਾ ਹੈ ਲਾਹੌਰ ਆ ਜਾਂਦਾ ਹੈ ਤੇ ਮਤਲਬ ਕਿ ਜੋ ਨਦੀਆਂ ਜਾ ਰਹੀਆਂ ਨੇ ਇਸ ਦੇ ਵਿੱਚ ਠੀਕ ਹੈ ਸੋ ਇਹ ਇਸੇ ਖੇਤਰ ਦੇ ਵਿੱਚ ਹੋ ਕੇ ਲੰਘਦੀਆਂ ਨੇ ਤਾਂ ਤੁਸੀਂ ਜਿਸ ਦਿਨ ਜਿਹੜਾ ਰੱਖ ਲਿਓ ਠੀਕ ਹੈ ਗੁਰਦਾਸਪੁਰ ਅਮਰਸਰ ਲਾਹੌਰ ਜਿਲ੍ਹੇ ਦੀ ਪੂਰਤੀ ਕਰਦੀ ਹੈ ਇਹ ਠੀਕ ਹੈ ਜੀ ਤੇ ਵਾਰੀ ਦਬਾਬ ਦੇ ਵਿੱਚ ਸਥਿਤ ਹੈ ਦੇਖਦੇ ਆ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਵੇਖੋ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ਸੋ ਇਹਨਾਂ ਦੇ ਵਿੱਚੋਂ ਇਹ ਜੋ ਕੀਤੀ ਜਿਹਨਾਂ ਕੀ ਨੂੰ ਪ੍ਰਵਾਸ ਦਵਾਰ ਕਿਹਾ ਗਿਆ ਹੈ ਸਹੀ ਆਨਸਰ ਹੈ ਇਸ ਦਾ ਸਪੰਗੋਲਿਕ ਸਥਿਤੀ ਕਰਕੇ ਆਪਸ਼ਨ ਨੰਬਰ A ਦੇ ਵਿੱਚ ਆਜੋ ਸਪੰਗੋਲਿਕ ਸਥਿਤੀ ਕਰਕੇ ਹੀ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦਵਾਰ ਕਿਹਾ ਗਿਆ ਹੈ ਤੇ ਜੋ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦਵਾਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਜੋ ਪ੍ਰਵੇਸ਼ ਦਵਾਰ ਹੈ ਸੋ ਜਿੰਨੇ ਵੀ ਹਮਲਾਵਰ ਆਏ ਨੇ ਠੀਕ ਹੈ ਸੋ ਉਹਨਾਂ ਵਾਸਤੇ ਜੋ ਉੱਤਰਪੂਰ ਉਦਰਾਸਤਾ ਸੀ ਉਹ ਬੰਦ ਸੀ ਠੀਕ ਹੈ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਪ੍ਰਵੇਸ਼ ਹੋਣ ਦੇ ਲਈ ਜਿੰਨੇ ਵੀ ਹਮਲਾਵਰ ਆਏ ਨੇ ਪਠਾਨ ਆਏ ਨੇ ਤੁਰਕੀ ਆਏ ਨੇ ਤੇ ਜਬਰ ਬ੍ਰਿਟਿਸ਼ ਅੰਗਰੇਜ਼ ਆਏ ਨੇ ਸੋ ਪੰਜਾਬ ਦੇ ਵਿੱਚ ਹੀ ਪ੍ਰਵੇਸ਼ ਹੋ ਕੇ ਸੋ ਅੱਗੇ ਜੋ ਆਪਣੇ ਪ੍ਰਦੇਸੀ ਉਹਨਾਂ ਦੇ ਪਰ ਹਮਲਾ ਕਰਦੇ ਸੀ ਤਾਂ ਇਹਨਾਂ ਕਰਕੇ ਜੋ ਮੁੱਢ ਮੰਨਿਆ ਗਿਆ ਕਿ ਪੰਜਾਬ ਨੂੰ ਜੋ ਭਾਰਤ ਦਾ ਪ੍ਰਵੇਸ਼ ਦਵਾਰ ਮੰਨਿਆ ਗਿਆ ਸੋ ਜਿੰਨੇ ਵੀ ਹਮਲਾਵਰ ਹੋਏ ਨੇ ਸੋ ਇਹ ਪ੍ਰਵੇਸ਼ ਦਵਾਰ ਰਾਹੀਂ ਹੋਏ ਨੇ ਸੋ ਆਪਾਂ ਨੇ ਪੜ੍ਹਿਆ ਹੋਇਆ ਠੀਕ ਹੈ ਤੇ ਇਸ ਕਰਕੇ ਇਸ ਨੂੰ ਜੋ ਪੰਗੋਲ ਸਥਿਤੀ ਕਰਕੇ ਮੰਨਿਆ ਗਿਆ ਇਸ ਦਾ ਪ੍ਰਵੇਸ਼ ਦਵਾਰ ਯਾਦ ਰੱਖਿਓ ਇਸ ਨੂੰ ਸੋ ਤੁਹਾਨੂੰ ਯਾਦ ਹੋ ਗਿਆ ਹੋਵੇਗਾ ਬਾਕੀ ਤੁਹਾਨੂੰ ਸੁਣਿਆ ਹੋਣਾ ਇਸ ਕੁਐਸਚਨ ਦੇ ਬਾਰੇ ਬਹੁਤ ਤੇ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਬਾਰੇ ਨੈਕਸਟ ਕੁਐਸਚਨ ਵੇਖੋ ਪੰਜਾਬ ਦੇ ਕਿੰਨੇ ਵਰਗ ਕਿਲੋਮੀਟਰ ਖੇਤਰ ਵਿੱਚ ਜੋ ਬਣਾ ਹੇਠ ਆਏ ਹੋਏ ਨੇ ਤਾਂ ਕਿੰਨੇ ਕਿਲੋਮੀਟਰ ਹੈ ਗਾਇਸ ਸੋ ਬਣ ਖੇਤਰ ਹੈ ਰਾਈਟ ਆਨਸਰ ਇਜ਼ ਦ অপਸ਼ਨ ਨੰਬਰ ਬੀ 3084 ਕਿਲੋਮੀਟਰ ਠੀਕ ਹੈ ਜਨਕੀ 3084 ਸਕਰ ਵਰਗ ਕਿਲੋਮੀਟਰ ਦੇ ਵਿੱਚ ਸੋ ਜੋ ਬਣ ਨੇ ਸੋ ਇਹ ਖੇਤਾਂ ਦੇ ਵਿੱਚ ਆਏ ਹੋਏ ਨੇ ਸੋ ਪੰਜਾਬ ਦੇ ਅੰਦਰ ਤੇ ਗਾਇਸ ਇਹ ਰਿਪੋਰਟ ਹੈ ਜੋ 2019 ਦੀ ਰਿਪੋਰਟ ਆਈ ਹੋਈ ਹੈ ਠੀਕ ਹੈ ਤੇ ਉਸ ਦੇ ਵਿੱਚ ਜੋ 6.12% ਸੋ ਇਹਦਾ ਅੰਕੜਾ ਦੱਸਿਆ ਗਿਆ ਹੈ ਤੇ ਕਈ ਵਾਰ ਇਗਜ਼ਾਮ ਦੇ ਵਿੱਚ ਕੁਐਸਚਨ ਬਣਦਾ ਹੈ ਕਿ ਖੇਤੀਬਾੜੀ ਅਧਿਨ ਜੋ ਕੁੱਲ ਪੰਗੋਲੀ ਖੇਤਰਾ ਹੈ ਉਹ ਕਿੰਨਾ ਹੈ ਤਾਂ ਖੇਤੀਬਾੜੀ ਅਧਿਨ ਜੋ ਕੁੱਲ ਪੰਗੋਲੀ ਖੇਤਰਾ ਹੈ ਉਹ 83% ਹੈ ਠੀਕ ਹੈ ਸੋ 83% ਜਨਕੀ 83% ਤਾਂ ਇਸ ਨੂੰ ਵੀ ਜਰੂਰ ਯਾਦ ਰੱਖ ਲਿਓ ਸੋ ਜਿਹੜੇ ਕੀ ਖੇਤੀਬਾੜੀ ਅਧਿਨ ਕੁੱਲ ਪੰਗੋਲੀ ਖੇਤਰਾ 83% ਤੇ ਜਿਹੜੇ ਕੋ ਆਪਣੇ ਜੰਗਲਾਧਿਨ ਹੈ ਉਹ 6.12% ਤੇ ਇਹ 2019 ਰਿਪੋਰਟ ਹੈ ਸੋ ਜਿਹੜਾ ਕਿ ਕਿਨੇ ਵਰਗ ਕਿਲੋਮੀਟਰ ਦੇ ਹਨ ਤਿੰਨ ਯਾਰ 84 ਸਕੁਅਰ ਕਿਲੋਮੀਟਰ ਦੇ ਹਨ ਸੋ ਮੋਸਟ ਇੰਪੋਰਟ ਕੁਐਸਚਨ ਹੈ ਤੁਹਾਨੂੰ ਸਾਰੀ ਜਾਣਕਾਰੀ ਦੱਸਤੀ ਸਾਰਾ ਨੋਟ ਕਰ ਲਿਓ ਇਸ ਨੂੰ ਵੇਖਦੇ ਆਪਾਂ ਇਸ ਤਰ੍ਹਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਨਿਕਾਲ ਕਰਦੇ ਆਂ ਰਚਨਾ ਦੁਆਬ ਅੱਜ ਦੇ ਸਮੇਂ ਵਿੱਚ ਕਿਹੜੇ ਨਗਰ ਦਾ ਨਾਮ ਹੈ ਤਾਂ ਜੋ ਰਚਨਾ ਦੁਆਬ ਹੈ ਸੋ ਇਹਨਾਂ ਦੇ ਵਿੱਚੋਂ ਹੈ ਗਾਇਸ ਗੁਜਰਾਵਾਲਾ ਦਾ ਆਪਸ਼ਨ ਨੰਬਰ ਸੀ ਰਾਈਟ ਆਨਸਰ ਹੈ ਇਸ ਦਾ ਸੋ ਗੁਜਰਾਵਾਲਾ ਦਾ ਨਾਮ ਹੈ ਤੇ ਹੋਰ ਵੀ ਬਹੁਤ ਸਾਰੇ ਇਸ ਦੇ ਵਿੱਚ ਖੇਤਰਾ ਜਾਂਦੇ ਨੇ ਤੇ ਜੋ ਰਚਨਾ ਦਬਾਅ ਹੈ ਇਹ ਕਿਹੜੇ ਖੇਤਰ ਦੇ ਵਿਚਕਾਰ ਆਉਂਦਾ ਸੋ ਇਹਦੇ ਨਾਮ ਵਿੱਚੋਂ ਹੈ ਜਾਨਕੀ ਰਾਵੀ ਤੇ ਚਨਾਬ ਦੇ ਵਿੱਚ ਸੋ ਰਾਰੇ ਤੇ ਰਾਵੀ ਤੇ ਚੱਚੇ ਤੇ ਚਨਾਬ ਸੋ ਰਾਵੀ ਤੇ ਚਨਾਬ ਸੋ ਇਹਨਾਂ ਖੇਤਰਾਂ ਦੇ ਵਿਚਕਾਰ ਦੇ ਖੇਤਰ ਨੂੰ ਆਪਾਂ ਕੀ ਕਹਿੰਦੇ ਆ ਸੋ ਰਚਨਾ ਦਬਾਅ ਕਹਿੰਦੇ ਆ ਇਸਨੂੰ ਆਪਾਂ ਤੇ ਇਹ ਕਿਹੜੇ ਨਗਰ ਦੇ ਨਾਮ ਆਉਂਦਾ ਸੋ ਗੁਜਰਾਵਾਲਾ ਤੇ ਜੋ ਰਚਨਾ ਵੀ ਹੈ ਜਾਨਕੀ ਆਪਾਂ ਜੋ ਆਪਾਂ ਰਚਨਾ ਦਬਾਅ ਕਹਿੰਦੇ ਆ ਆਮ ਤੌਰ ਤੇ ਇਹ ਜਟਕੀ ਜਾਂ ਜੰਗਲੀ ਬੋਝ ਜਾਣੀ ਜਾਂਦੀ ਹੈ ਜਟਕੀ ਮੈਂ ਲਿਖ ਦਿਨਾ ਜਾ ਜੰਗਲੀ ਠੀਕ ਹੈ ਜਿਹੇ ਦਬਾਬ ਹੈ ਜਟਕੀ ਦੀ ਜੰਗਲਪੁਰ ਜਣ ਜਾਂਦੀ ਹੈ ਤੇ ਇਹ ਜੋ ਖੇਤਰਾ ਹੈ ਇਹ ਸੰਗਣੀਵਾਦੀ ਵਾਲਾ ਖੇਤਰਾ ਹੈ ਤੇ ਇਸ ਦੇ ਵਿੱਚ ਜੋ ਖੇਤਰਾ ਸੁਣ ਲਓ ਸੋ ਇੱਕ ਗੁਜਰਾਵਾਲ ਆ ਗਿਆ ਉਸ ਤੋਂ ਬਾਅਦ ਸਿਆਲਕੋਟ ਆ ਜਾਂਦਾ ਨਾਰੋਵਾਲ ਆ ਜਾਂਦਾ ਹਫੀਜਾਬਾਦ ਆ ਜਾਂਦਾ ਚਾਂਗਾ ਜਾਂਦਾ ਨਨਕਾਣਾ ਸਾਹਿਬ ਜਿਲ੍ਹਾ ਉਹ ਆ ਜਾਂਦਾ ਸੋ ਸਾਰੇ ਜੋ ਖੇਤਰ ਨੇ ਜਾਨਕੀ ਜਿਲ੍ਹੇ ਨੇ ਸੋ ਇਸ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਠੀਕ ਹੈ ਇਹ ਆਪਸ਼ਨ ਦੇ ਵਿੱਚ ਆਪਾਂ ਦੇਖਣਾ ਆਪਣੇ ਦੇਖੋ ਗੁਜਰਾਵਾਲ ਦਿੱਤਾ ਹੋਇਆ ਸੀ ਤਾਂ ਆਪਾਂ ਨੇ ਆਪਸ਼ਨ ਨੰਬਰ ਸੀ ਟਿਕ ਕੀਤਾ ਠੀਕ ਹੈ ਸੋ ਕਈ ਵਾਰ 100 ਆਮ ਦੇ ਕੁਸ਼ਚਨ ਇਸ ਤਰ੍ਹਾਂ ਬਣ ਜਾਂਦੇ ਨੇ ਤਾਂ ਤੁਸੀਂ ਜਰੂਰ ਯਾਦ ਰੱਖ ਲਿਓ ਜਿੰਨੇ ਕੁ ਮੈਂ ਨਾਂ ਦੱਸੇ ਹਨ ਹੁਣ ਜਿਹੜੇ ਕਿ ਇਹ ਰਚਨਾ ਦੁਆਬ ਦੇ ਅੰਡਰ ਆਉਂਦੇ ਨੇ ਵੇਖਦੇ ਆਪਾਂ ਇਸ ਤਰ੍ਹਾਂ ਨੈਕਸਟ ਕੁਸ਼ਚਨ ਨੈਕਸਟ ਕੁਸ਼ਚਨ ਪੰਜਾਬ ਦੇ ਕਿਹੜੇ ਦੁਆਬ ਵਿੱਚ ਮਾਰਥੁਲਸ ਤਤਸੀ ਰਾਈਟ ਆਨਸਰ ਇਸ ਦਾ অপਸ਼ਨ ਨੰਬਰ ਡੀ ਸਿੰਧ ਸਾਗਰ ਦੁਆਬ ਦੇ ਵਿੱਚ ਸੋ ਸਿੰਧ ਸਾਗਰ ਦੁਆਬ ਦੇ ਵਿੱਚ ਮਾਰਥੁਲਸ ਤਤਸੀ ਤੇ ਗਾਈਜ਼ ਜੋ ਸਿੰਧ ਸਾਗਰ ਦੁਆਬ ਹੈ ਸੋ ਇਹ ਕਿਹਨਾਂ ਦੇ ਵਿੱਚ ਆ ਰਿਹਾ ਖੇਤਰਾ ਸੋ ਗਾਈਜ਼ ਇਹ ਹੈ ਹੈਗਾ ਜੀ ਇੱਕ ਤਾਂ ਹੈਗਾ ਇੰਡਸ ਤੇ ਪਲੱਸ ਜੇਲਮ ਦਾ ਠੀਕ ਹੈ ਇਹ ਦੋ ਦਰਿਆਵਾਂ ਦੇ ਵਿਚਕਾਰਲਾ ਖੇਤਰ ਹੈ ਸੋ ਉਸ ਨੂੰ ਆਪਾਂ ਜਿਹਨੂੰ ਕਹਿੰਦੇ ਹਾਂ ਸਿੰਧ ਸਾਗਰ ਦਵਾਬ ਕਹਿੰਦੇ ਆ ਤੇ ਇਹ ਪਾਕਿਸਤਾਨ ਵਿੱਚਲੀ ਜੋ ਸਿੰਧ ਨਦੀ ਹੈ ਤੇ ਜੇਲਮ ਨਦੀ ਹੈ ਉਸ ਦੇ ਵਿਚਕਾਰ ਪੈਦੀ ਜ਼ਮੀਨ ਦਾ ਟਰੈਕਟ ਹੈ ਇਹ ਸਿੰਧ ਸਾਗਰ ਦਵਾਬ ਜਿਹੜਾ ਕਿ ਪੰਜਾਬ ਦੇ 5 ਵੱਡੇ ਦਵਾਬ ਨੇ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਨਾ ਹੈ ਠੀਕ ਹੈ ਜਿਹੜੇ ਮੈਂ ਤੁਹਾਨੂੰ ਦੱਸਦਾ ਰਿਹਾ ਸ਼ੁਰੂ થી ਸੋ ਉਹਨਾਂ ਦੇ ਵਿੱਚੋਂ ਇੱਕ ਹੈ ਤੇ ਪੰਜਾਬ ਦੇ ਜੋ ਮੈਦਾਨ ਦੇ ਉੱਤਰੀ ਪੱਛਮੀ ਸੈਕਟਰ ਨੂੰ ਬਣਾਉਂਦਾ ਇਹ ਜੋ ਕਿ ਸਿੰਧ ਸਾਗਰ ਦੁਆਬ ਹੈ ਠੀਕ ਹੈ ਤੇ ਇਸ ਦੇ ਵਿੱਚ ਕਿਹੜੇ ਕਿਹੜੇ ਖੇਤਰ ਆ ਜਾਂਦੇ ਨੇ ਇਸ ਦੇ ਵਿੱਚ ਪ੍ਰਮੁੱਖ ਸ਼ਹਿਰ ਨੇ ਜੋ 라ਵਲਪਿੰਡੀ ਆ ਜਾਂਦਾ ਤਾਂ ਜੋ ਗਾਈਜ਼ ਤੁਸੀਂ ਇਹਨੂੰ ਜਰੂਰ ਯਾਦ ਰੱਖ ਲਿਓ ਸੋ ਇਹਨਾਂ ਦੇ ਵਿੱਚ ਕੁਐਸਚਨ ਜਰੂਰ ਬਣੇਗਾ 라ਵਲਪਿੰਡੀ ਆ ਗਿਆ ਮੁਜ਼ੱਫਰਗੜ੍ਹ ਆ ਗਿਆ ਮੈਂ ਮੇਨ ਮੇਨ ਸ਼ਹਿਰ ਕਰ ਦੱਸ ਦਿੰਦਾ ਜਿਹੜੇ ਕਿ ਪੁੱਛੇ ਜਾ ਸਕਦੇ ਨੇ ਅਟਕਾ ਆ ਗਿਆ ਤੇ ਚੱਕ ਵਾਲਾ ਜਾਂਦਾ ਤੇ ਇੱਕ ਆ ਜਾਂਦਾ ਆਪਣੇ ਕੋਲ ਮੀਆਂਵਾਲੀ ਠੀਕ ਹੈ ਇਹ ਮੇਨ ਮੇਨ ਨੇ ਸੋ ਰਾਬਲਪਿੰਡੀ ਆ ਜਾਂਦਾ ਮੁਜੱਫਰਗੜ ਅਟਕ ਚੱਕਵਾਲ ਮੀਆਂਵਾਲੀ ਠੀਕ ਹੈ ਇਹ ਸਾਰੇ ਮੇਨ ਨੇ ਜਿਹੜੇ ਕਿਸ ਦੇ ਅੰਦਰ ਆਉਂਦੇ ਨੇ ਸਿੰਧ ਸਾਗਰ ਦਬਾਬ ਦੇ ਅੰਦਰ ਤੇ ਇਸ ਨੂੰ ਮਾਰਥਲ ਦਬਾਬ ਕਿਹਾ ਗਿਆ ਕਿਉਂਕਿ ਇਹ ਉਪਜਾਊ ਇਲਾਕਾ ਨਹੀਂ ਸੀ ਠੀਕ ਹੈ ਸੋ ਇਹ ਮਾਰਥਲ ਇਲਾਕਾ ਸੀ ਸਿੰਧ ਸਾਗਰ ਦਬਾਬ ਜਿਹੜਾ ਕਿ ਇੰਡਸ ਤੇ ਚੇਲਮ ਦਰਿਆਵਾਂ ਦੇ ਵਿਚਕਾਰਲੇ ਖੇਤਰ ਹੈ ਠੀਕ ਹੈ ਜਾਣਕਾਰੀ ਨੋਟ ਰੱਖ ਲਿਓ ਸਾਰੀ ਤੇ ਬਾਅਦ ਵਿੱਚ ਆਪਾਂ ਨੈਕਸਟ ਕੁਐਸਚਨ ਦੇ ਵੱਲ ਨੈਕਸਟ ਕੁਐਸਚਨ ਪੰਜਾਬ ਦੇ ਕਿਹੜੇ ਪੰਗੋਲਿਕ ਭਾਗ ਨੂੰ ਤਰਾਈ ਪ੍ਰਦੇਸ਼ ਵੀ ਕਿਹਾ ਜਾਂਦਾ ਹੈ तराई प्रदेश ਕਹਿੰਦੇ ਨੇ ਅਰਧ ਪਹਾੜੀ ਖੇਤਰ ਨੂੰ ਆਪਸ਼ਨ ਨੰਬਰ ਬੀ ਤੇ ਗਾਈਜ਼ ਜੋ ਤਰਾਈ ਪ੍ਰਦੇਸ਼ ਹੈ ਇਹ ਜ਼ਿਆਦਾਤਰ ਜੋ ਖੇਤਰ ਇਸ ਦਾ ਨੇਪਾਲ ਦੇ ਵਿੱਚ ਪਈ ਜਾਂਦਾ ਹੈ ਸੋ ਇਸ ਦਾ ਖੇਤਰਫਲ ਲਗਭਗ 23.1% ਹੈ ਠੀਕ ਹੈ ਜਨਨ ਕਿ 23.1% ਜੋ ਇਸ ਦਾ ਖੇਤਰ ਦਾ ਲਗਭਗ ਹੈ ਠੀਕ ਹੈ ਤੇ ਤਰਾਈ ਜੋ ਹੈ ਉੱਤਰੀ ਭਾਰਤ ਦੇ ਦੱਖਣੀ ਨੇਪਾਲਾ ਜੋ ਉਸ ਦਾ ਇੱਕ ਨੀਵਾ ਲਕ ਹੈ ਠੀਕ ਹੈ ਜੋ ਤਰਾਈ ਪ੍ਰਦੇਸ਼ ਹੈ ਕਿਸ ਦਾ ਸੋ ਇਹ ਉੱਤਰੀ ਭਾਰਤ ਦੇ ਦੱਖਣੀ ਨੇਪਾਲ ਦਾ ਇੱਕ ਨੀਵਾ ਹਿਸਾ ਹੈ ਜੋ ਕਿ ਹਿਮਾਲਿਆ ਦੇ ਬਾਰੀ ਤਲੇ ਜੋ ਸ਼ਵਲਕ ਪਹਾੜੀਆਂ ਨੇ ਅਦੇ ਜੋ ਭਾਰਤ ਗੰਗਾ ਮੈਦਾਨ ਦੇ ਉੱਤਰ ਦੇ ਦੱਖਣ ਵਿੱਚ ਸਥਿਤ ਹੈ ਠੀਕ ਹੈ ਤੇ ਜੋ ਮੈਂ ਤੁਹਾਨੂੰ ਦੱਸ ਦਿੱਤਾ ਜੋ ਕਿ ਨੇਪਾਲ ਦਾ ਜਮੀਨੀ ਦਾ ਖੇਤਰ ਖੇਤਰਫਲ ਹੈ ਜੋ ਲਗਭਗ ਹੈ 23.1% ਠੀਕ ਹੈ ਜੋ ਜ ਤਰਾਇ ਪ੍ਰਦੇਸ਼ ਸਭ ਤੋਂ ਜ਼ਿਆਦਾ ਨੇਪਾਲ ਦੇ ਵਿੱਚ ਪਾਇਆ ਜਾਂਦਾ ਹੈ ਤੇ ਦੇਖਦੇ ਆਪਾਂ ਇਸ ਤਰ੍ਹਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਪੰਜਾਬ ਦੇ ਪੰਜ ਦੁਆਬਿਆਂ ਵਿੱਚੋਂ ਸਭ ਤੋਂ ਘੱਟ ਉਪਜਾਊ ਦੁਆਬਾ ਕਿਹੜਾ ਹੈ ਦੇਖੋ ਗਾਇਸ ਕੁਐਸਚਨ ਉਹੀ ਉੱਪਰਲੇ ਵਾਲਾ ਕਮਾ ਗਿਆ ਠੀਕ ਹੈ ਉਪਜਾਉ ਕਿਹੜਾ ਸੀ ਜਿੱਥੇ ਮਾਰੂਥਲ ਸੀ ਤਾਂ ਮਾਰੂਥਲ ਕਿੱਥੇ ਸੀ ਸੋ ਸਿੰਚਾਗਰ ਦਬਾਬ ਦੇ ਵਿੱਚ ਸੀ ਤਾਂ ਰਾਈਟ ਆਨਸਰ ਆਪਸ਼ਨ ਆਉਣਾ ਇਹ ਹੋ ਜਾਏਗਾ ਠੀਕ ਹੈ ਸੋ ਕੁਐਸਚਨ ਇਸ ਤਰ੍ਹਾਂ ਵੀ ਕਮਾ ਕੇ ਬਣ ਸਕਦਾ ਹੈ ਤਾਂ ਤੁਹਾਨੂੰ ਮੈਂ ਸਾਰੀ ਜਾਣਕਾਰੀ ਪਹਿਲਾਂ ਹੀ ਦਿੱਤੀ ਠੀਕ ਹੈ ਤਾਂ ਤਾਂ ਤੁਹਾਨੂੰ ਕਨਫਿਊਜ਼ ਨਾ ਹੋਵੇ ਕਿ ਕੁਐਸਚਨ ਕਿਸੇ ਵੀ ਤਰ੍ਹਾਂ ਟਾਈਪ ਹੋ ਜਾਈ ਤਾਂ ਤੁਸੀਂ ਇਸ ਨੂੰ ਸੋਲਵ ਕਰ ਸਕੋ ਠੀਕ ਹੈ ਜੇ ਸੋ ਕੁਐਸਚਨ ਇਸ ਤਰ੍ਹਾਂ ਆਵੇ ਆ ਗਿਆ ਤਾਂ ਤੁਸੀਂ ਇਸ ਨੂੰ ਠੀਕ ਕਰ ਸਕੋ ਠੀਕ ਹੈ ਜੀ ਸਭ ਤੋਂ ਘਾਟੋ ਉਪਜਾਉ ਹੈ ਸਿੰਚਾਗਰ ਦਬਾਬ ਤੇ ਦੇਖਦੇ ਆ ਨੈਕਸਟ ਕੁ ਬ੍ਰਿਟਿਸ਼ ਕਬਜ਼ੇ ਸਮੇਂ ਜੋ ਜਲੰਧਰ ਸੀ ਸ਼ਹਿਰ ਹੈ ਉਸ ਨੂੰ ਕੀ ਕਿਹਾ ਜਾਂਦਾ ਸੀ ਤਾਂ ਤੁਹਾਨੂੰ ਦੱਸਦਾ ਜੀ ਮੈਂ ਆਪਣੇ ਸ਼ਹਿਰ ਦੇ ਵਿੱਚ ਠੀਕ ਹੈ ਸੋ ਪੰਜ ਜੋ ਪ੍ਰਸ਼ਾਸਨਿਕ ਭਾਗ ਅਰ ਸੀ ਜਲੰਧਰ ਵਿੱਚ ਦੇ ਅੰਦਰ ਸੀ ਤਾਂ ਦੇਖੋ ਜੋ ਬ੍ਰਿਟਿਸ਼ ਕਬਜ਼ੇ ਦੇ ਸਮੇਂ ਜੋ ਜਲੰਧਰ ਸ਼ਹਿਰ ਸੀ ਉਸ ਨੂੰ ਕੀ ਕਿਹਾ ਜਾਂਦਾ ਸੀ ਉਸ ਨੂੰ ਕਿਹਾ ਜਾਂਦਾ ਸੀ ਜਲੰਧਰ অপਸ਼ਨ ਨੰਬਰ ਸੀ ਦੇ ਵਿੱਚ ਆਜੋ ਸੋ ਜਲੰਧਰ ਜੋ ਕਿ ਬ੍ਰਿਟਿਸ਼ ਸਮੇਂ ਕਬਜ਼ੇ ਦੇ ਵਿੱਚ ਜਲੰਧਰ ਸੀ ਉਸ ਨੂੰ ਕਹਿੰਦੇ ਜਲੰਧਰ ਤੇ ਜੋ ਜਲੰਧਰ ਹੈ ਤੇ ਬਹੁਤ ਸਾਰੇ ਦਾ ਵਿਚਾਰ ਆ ਜਾਂਨ ਕਿ ਕਹਿਣਾ ਹੈ ਕਿ ਜੋ ਜਲੰਧਰ ਸ਼ਹਿਰ ਹੈ ਇਹ ਦੋ ਨਦੀਆਂ ਜਲ ਅਤੇ ਆnder 'ਚ ਦਿੱਤਾ ਹੈ ਠੀਕ ਹੈ ਜਨਕੀ ਬਹੁਤ ਸਾਰੇ ਪੁਰਾਣੇ ਪ੍ਰਾਚੀਨ ਵਿਚਾਰ ਨੇ ਕਿ ਜੋ ਜਲੰਧਰ ਸ਼ਹਿਰ ਹੈ ਇਹ ਦੋ ਨਦੀਆਂ ਜਲਾਤੇ ਅੰਦਰ ਦੇ ਵਿੱਚ ਦਿੱਤਾ ਹੈ ਤੇ ਅਸਲ ਦੇ ਵਿੱਚ ਇਹ ਸ਼ਹਿਰ ਦੀ ਸਥਾਪਨਾ ਸੀ ਜੋ ਅੰਦਰ ਜਾਟਾ ਨਹੀਂ ਕੀਤੀ ਸੀ ਠੀਕ ਹੈ ਕਿਸ ਨੇ ਅੰਦਰ ਜਾਟਾ ਨੇ ਸੋ ਇਸ ਕਰਕੇ ਇਸ ਨੂੰ ਜਲੰਧਰ ਕਿਹਾ ਜਾਂਦਾ ਸੀ ਤਾਂ ਤੁਸੀਂ ਇਸ ਨੂੰ ਜ਼ਰੂਰ ਯਾਦ ਰੱਖ ਲਿਓ ਠੀਕ ਹੈ ਸੋ ਮੋਸਟ ਇੰਪੋਰਟੈਂਟ ਕੁਐਸਚਨ ਹੈ एग्जाम ਦੇ ਵਿੱਚ ਕੁਐਸਚਨ ਬਣ ਸਕਦਾ ਹੈ ਜਿਹੜੀ ਟਾਈਪ ਦਾ ਤੇ ਦੇਖਦੇ ਆਪਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਪੰਜਾਬ ਕਿੰਨੇ ਬਾਰਡਰ ਰਾਜ ਨੂੰ ਟੱਚ ਕਰਦਾ ਹੈ ਤਾਂ ਪੰਜਾਬ ਟੱਚ ਕਰਦਾ ਜੀ ਚਾਰ ਨੂੰ ਤੇ ਇੱਕ ਆਪਣਾ ਦੇਸ਼ ਨੂੰ ਟੱਚ ਕਰਦਾ ਹੈ ਤਾਂ ਚਾਰ ਕਿਹੜੇ-ਕਿਹੜੇ ਨੇ ਸੋ ਇੱਕ ਜੰਮੂ ਕਸ਼ਮੀਰ ਜਾਂਦਾ ਉੱਤਰ ਦੇ ਵੱਲ ਦੱਖਣ ਦੇ ਵੱਲ ਹਰਿਆਣਾ ਤੇ ਰਾਜਸਥਾਨ ਨੂੰ ਠੀਕ ਹੈ ਉੱਤਰਪੂਰ ਦੇ ਵਿੱਚ ਇਹ ਹਿਮਾਚਲ ਪ੍ਰਦੇਸ਼ ਨੂੰ ਕਰਦਾ ਹੈ ਤੇ ਇੱਕ ਆਪਣਾ ਦੇਸ਼ ਹੈ ਜੋ ਸੋ ਇਹ ਪੱਛਮ ਦੇ ਵਿੱਚ ਪੱਛਮ ਦੇ ਵੱਲ ਉਹ ਪਾਕਿਸਤਾਨ ਨੂੰ ਟੱਚ ਕਰਦਾ ਹੈ ਠੀਕ ਹੈ ਤੁਹਾਨੂੰ ਇਹ ਬਹੁਤ ਵਾਰੀ ਮੈਂ ਡਿਟੇਲ ਦੇ ਵਿੱਚ ਦੱਸਿਆ ਹੋਇਆ ਸਾਰਾ ਕੁਝ ਇਹ ਠੀਕ ਹੈ ਤਾਂ ਤੁਹਾਨੂੰ ਵੀ ਪਤਾ ਲੱਗ ਗਿਆ ਹੋਵੇ ਸੋ ਚਾਰ ਰਾਜ ਨੂੰ ਟੱਚ ਕਰਦਾ ਤੇ ਇੱਕ ਪੰਜਵਾਂ ਆਪਣਾ ਦੇਸ਼ ਹੈ ਠੀਕ ਹੈ ਜੀ ਤੇ ਗਾਇਸ ਇਸ ਕਲਾਸ ਦੇ ਵਿੱਚ ਆਪਾਂ ਨੇ 20 ਕੁਐਸਚਨ ਡਿਸਕਸ ਕੀਤੇ ਸੋ ਪੰਜਾਬ ਦੀ ਪੰਗੋਲ ਦੀਵਾਰੀ ਜਿਹੜਾ ਕਿ ਆਪਣਾ ਫਰਸਟ ਪਾਰਟ ਸੀ ਤਾਂ ਤੁਹਾਨੂੰ ਵੀਡੀਓ ਕਿਵੇਂ ਲੱਗੀ ਆਪਣਾ ਫੀਡਬੈਕ ਨੀਚੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੁਹਾਡਾ ਫੀਡਬੈਕ ਹੀ ਮੈਨੂੰ ਨੈਕਸਟ ਵੀਡੀਓ ਦੇ ਲਈ ਮੋਟੀਵੇਟ ਕਰਦਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਵੀਡੀਓ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਠੀਕ ਹੈ ਤੇ ਤੁਹਾਡਾ ਲਾਈਕ ਵੀ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਤਾਂ ਵੀਡੀਓ ਨੂੰ ਪਲੀਜ਼ ਲਾਈਕ ਜਰੂਰ ਕਰਦੇ ਰਹੋ ਵੀਡੀਓ ਕਮ ਸੇ ਕਮ ਦੋਸਤੋ ਜਿਹਨੇ ਵੀ ਵੀਡੀਓ ਦੇਖਦੇ ਹੋ ਤਾਂ ਲਾਈਕ ਜਰੂਰ ਕਰ ਠੀਕ ਹੈ ਤੁਹਾਡੇ ਲਈ ਵੀ ਨਵੇਂ ਨਵੇਂ ਟੌਪਿਕ ਜੋ ਲੱਭ ਕੇ ਲੈ ਆ ਰਹੇ ਹਾਂ ਸੋ ਪੇਪਰ ਦੇ ਅਕੋਰਡਿੰਗ ਜਿਵੇਂ ਕਿ ਜਿਹੜੇ ਸਾਰੇ ਹੁਣ ਪੇਪਰ ਪੰਜਾਬ ਦੇ ਇਗਜ਼ਾਮ ਹੋਣੇ ਨੇ ਜਿਹੜੇ ਕਿ ਸਾਰੇ ਲਈ ਹੈਲਪਫੁਲ ਹੋਵੇ ਵੀਡੀਓ ਠੀਕ ਹੈ ਉਹ ਵੀ ਮੈਂ ਵੀਡੀਓ ਲੈ ਆ ਰਹੇ ਹਾਂ ਤਾਂ ਜੋ ਮੈਨੂੰ ਕੋਈ ਕਮੈਂਟ ਨਾ ਕਰ ਸਕੇ ਵੀ ਸਾਰੇ ਇਸ ਟੌਪਿਕ ਦੀ ਵੀਡੀਓ ਬਣਾਓ ਠੀਕ ਹੈ ਮੈਂ ਪਹਿਲੀ ਵੀਡੀਓ ਤਿਆਰ ਰੱਖਦਾ ਤੇ ਗਾਈਜ਼ ਆਪਣੇ ਕਰੰਟ ਅਫੇਅਰ ਦੀ ਵੀਡੀਓ ਵੀ ਆਪਾਂ ਰੈਗੂਲਰ ਰੱਖਾਂਗੇ ਇਸ ਤਰੀ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤਾਂ ਪਲੀਜ਼ ਵੀਡੀਓ ਵੱਲ ਲਾਈਕ ਕਰ ਦਿਓ ਜੇਕਰ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਵੈਲ ਆਈ ਤੇ ਅੱਗੇ ਵੀ ਆਪਾਂ ਹੋਰ ਤਰ੍ਹਾਂ ਇਸ ਤਰ੍ਹਾਂ ਦੀਆਂ ਵੀਡੀਓ ਲੈਣਦੇ ਰਹਾਂਗੇ ਠੀਕ ਹੈ ਇਸ ਤਰ੍ਹਾਂ ਦੀ ਅਪਡੇਟ ਦੇ ਨਾਲ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਇਸ ਤਰ੍ਹਾਂ ਚੈਨਲ ਨਾਲ ਪਿਆਰ ਦਿੰਦੇ ਰਹੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਓਕੇ ਥੈਂਕ ਯੂ ਥੈਂਕਸ ਫॉर ਵਾਚਿੰਗ